ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ। ਨੰਗਲ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ 20 ਗ੍ਰਾਮ ਨਸ਼ੀਲੇ ਚਿੱਟੇ ਪਾਊਡਰ ਸਹਿਤ ਇੱਕ ਯੁਵਕ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਏਐਸਆਈ ਰਾਮ ਸਿੰਘ ਪੁਲਿਸ ਪੈਟਰੋਲਿੰਗ ਦੇ ਨਾਲ ਜਦੋਂ ਲੜਕੀਆਂ ਦੇ ਸਕੂਲ ਦੇ ਲਾਗੇ ਪਹੁੰਚਿਆ ਤਾਂ ਇੱਕ ਲੜਕਾ ਪੁਲਿਸ ਨੂੰ ਵੇਖ ਕੇ ਪਿੱਛੇ ਮੁੜਨ ਲੱਗਿਆ ਅਤੇ ਉਸਨੇ ਇੱਕ ਮੋਮੀ ਲਿਫਾਫਾ ਆਪਣੀ ਜੇਬ ਚੋਂ ਕੱਢ ਕੇ ਸੁੱਟ ਦਿੱਤਾ ਤੇ ਸ਼ੱਕ ਦੇ ਬਿਨਾਂ ਉੱਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੋਮੀ ਲਿਫਾਫੇ ਦੇ ਵਿੱਚ ਚਿੱਟਾ ਪਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਲੜਕਾ ਨੂਰਪੁਰ ਬੇਦੀ ਦੇ ਥਾਣਾ ਪਿੰਡ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਉਹ ਚਿੱਟਾ ਮਾਲ ਕਿੱਥੋਂ ਲੈ ਕੇ ਆਇਆ ਤੇ ਕਿਸ ਨੂੰ ਵੇਚਣ ਜਾ ਰਿਹਾ ਸੀ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਇੱਕ ਚਿੱਟੇ ਵਾਲਾ ਫੜਾ ਜੀ, ਕੀ ਮਾਮਲਾ ਬਲਵੀਰ ਜੀ? ਇਹ ਕੱਲ ਏਐਸਆਈ ਰਾਮ ਕੁਮਾਰ ਜਿਹੜਾ ਸਮੇਤ ਪੁਲਿਸ ਪਾਰਟੀ ਦੇ ਪੈਟਰੋਲ ਤੇ ਸੀਗਾ, ਜਿਨ੍ਹਾਂ ਨੂੰ ਜਿਹੜਾ ਲੜਕੀਆਂ ਦੇ ਸਕੂਲ ਦੇ ਲਾਗੇ ਇੱਕ ਜਿਹੜਾ ਮੋਨਾ ਲੜਕਾ ਹੈਗਾ ਸ਼ੱਕ ਦੀ ਬਿਨਾਹ 'ਤੇ ਜਿਹੜਾ ਪਿੱਛੇ ਮੁੜਿਆ ਸੀਗਾ ਉਹਨੂੰ ਰੋਕਿਆ ਸੀਗਾ। ਰੋਕਣ 'ਤੇ ਉਹਨੇ ਇੱਕ ਜਿਹੜਾ ਮੋਮੀ ਲਿਫਾਫੇ ਵਿੱਚ ਕੋਈ ਚੀਜ਼ ਪਾਈ ਸੀ ਉਹ ਸਿੱਟੀ ਹੈ, ਜਿਹਨੂੰ ਰੋਕ ਕੇ ਨਾਮ ਪਤਾ ਪੁੱਛਿਆ, ਜਿਹਦਾ ਨਾਂ ਸੰਜੀਵ ਕੁਮਾਰ ਸਾਨੂੰ ਰਾਮ ਸਿੰਘ ਹੈ, ਪਿੰਡ ਥਾਣਾ ਨੂੰ ਪਵੇਤੀ ਹੈ। ਜਦੋਂ ਇਹਨਾਂ ਨੇ ਸਾਥੀ ਨਾਲ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹਦੇ ਵਿੱਚ ਚਿੱਟਾ ਹੈਗਾ। ਉਹਨੇ ਇਹਦੇ ਖਿਲਾਫ਼ ਇਹਦਾ ਰੁਕਾ ਲੈ ਕੇ ਮੁਕੱਦਮਾ ਦਰਜ ਕਰਾਇਆ SHO ਸਾਹਿਬ ਦੀ ਹਦਾਇਤ ਅਨੁਸਾਰ, ਮੈਂ ਪੁਲਿਸ ਪਾਰਟੀ ਸਿਰ ਉੱਥੇ ਪੁੱਜਿਆ, ਪੁੱਜ ਕੇ ਉਹਦੀ ਡੰਗਾਈ ਨਾਲ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਕਰਕੇ ਜਿਹੜਾ ਉਹਦੀ ਜਿਹੜੀ ਮੈਨੂਅਲ ਮੁਤਾਬਕ ਜਿਹੜੀ ਗ੍ਰਿਫਤਾਰੀ ਅਮਲ 'ਚ ਲਿਆਉਂਦੀ ਹੈਗੀ, ਜਿਹੜਾ 20 ਗ੍ਰਾਮ ਚਿੱਟਾ ਬਰਾਮਦ ਹੋਇਆ ਜਿਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਡੰਗਾਈ ਨਾਲ ਕੋਸ਼ਿਸ਼ ਕੀਤੀ ਜਾਊਗੀ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਕਿੱਥੇ ਵੇਚਣਾ ਸੀਗਾ ਜੀ ਇਹਦੇ।